اسلام علیکم، میں عمر عباس، امید کرتا ہوں سارے بھائی بالکل فٹ فاٹ ہو تو آئی تو مزیدار ولاگ کرتے ہیں شروع۔ بھائی صاحب اس دریا تے پہنچ آیا، دریا جہلم اے سائڈ، بھائی صاحب بالکل تھوڑی تھوڑی جڑنا پانی آ رہے تے موٹر سائیکل جڑے نو او گزارنے نے تھو نو تے اسا جا رہے ہیں بھائی صاحب پیر دے کھارے، ماشاءاللہ سامنے پہاڑ جڑے ہو نظر آ رہے ہیں بھائی صاحب، تے پانی بالکل تھوڑا تھوڑا ہے تے جڑا چلدے ہیں موٹر سائیکل تے بیٹھ کے، کیونکہ چوت وغیرہ میں پائے ہو نا۔ آ جاؤ سہ صاحب، آ جاؤ۔ ویور ہوں اصا دریا پار کرن لگے ہاں بھائی صاحب موٹر سائیکل دے، ماشاء اللہ کتنا پیارا ویو، چیک کر، بسم اللہ الرحمن الرحیم، اللہ تبارک، ریت ہے بھائی صاحب تو دیتے ریت، ہاں بھائی صاحب اے کہاں لایا ہے بندہ راستے واسطے، ایک سائڈ تے جڑا نا اسا کراس کر لئی، پانی دے کوئی نہیں تے پانی ہے صحیح، کیونکہ پہ تے ہن دوسری سائڈ تے نہیں پانی ہے بھائی، اور اپن تیار ہے ایسا ریت وچ بھائی صاحب، بھائی صاحب تربوز اندر کھیت اندر آ دے وچ، ماشاءاللہ چیک کرو، فرسٹ ٹائم میں جڑا نا واٹر میلن، فرسٹ ٹائم میں جڑا ویکھ رہا تے لائیو تربوز اندر کھیت، ایتھے چھوٹے چھوٹے ہیں، اوے تے چھوٹے 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 منے منے ہیں ساڈے بھائی صاحب، بیٹھے گئے بیٹھے، بڑے بڑے کھیت ہیں، پہ فرسٹ ٹائم میں ویکھ رہا تے دریا دے وچ، اے جڑی سامنے والی ہیں بلا وڈیاں اے ہیں بیٹھن دیاں، تو تے گجے بچکار ہیں، او وے تے پہ پیر کال کا پیاں کال کا، اس پنجابی وچ کال کہیں آتے ہیں۔ ویور دوسرے کنارے تے پہنچ آیا ਅਤੇ ਇੱਥੋਂ ਨੂੰ ਕਿਸ਼ਤੀ ਦੇ ਉੱਤੇ ਜਾਣਾ ਹੈ ਪਤੰਗ ਜਿਹੜਾ ਹੈ ਪਾਰ ਕਰਨਾ ਅਸਾਂ, ਕਿਉਂਕਿ ਜਿਹੜਾ ਪਹਿਲਾ ਆਈ ਨਾ ਹਿੱਸਾ ਦਰਿਆ ਦਾ ਉਹਦੇ 'ਚ ਇੰਨਾ ਪਾਣੀ ਕੋਈ ਨਾ ਆਈ, ਅਤੇ ਇਹਦੇ ਵਿੱਚ ਪਾਣੀ ਹੈ, ਇਹਦੇ ਵਿੱਚ ਪਾਣੀ ਬੜਾ ਕੰਮ ਹੈ ਵਹਿੰਦੇ ਪਿਓ ਇਸ ਸਾਈਡ 'ਤੇ, ਇਹ ਜਿਹੜਾ ਸਾਰਾ ਏਰੀਆ ਨਾ ਕਿਸ ਦੌਰ ਇਹ ਸਾਰਾ ਜਿਹੜਾ ਨਾ ਪਾਣੀ ਨਾਲ ਭਰਿਆ ਹੋਇਆ ਹੁੰਦਾ ਸੀ, ਮਗਰ ਹੁਣ ਜਿਹੜਾ ਕਿਉਂਕਿ ਸਰਦੀਆਂ ਦਾ ਸੀਜ਼ਨ ਪਾਣੀ ਘੱਟ ਹੁੰਦਾ, ਗਰਮੀ ਦੇ ਵਿੱਚ ਗਲੇਸ਼ੀਅਰ ਵਗੈਰਾ ਪਿਘਲਦੇ ਨੇ ਅਤੇ ਬਾਅਦ ਦਰਿਆਵਾਂ 'ਚ ਪਾਣੀ ਜ਼ਿਆਦਾ ਆ ਜਾਂਦਾ। ਵਿਵਰ ਆਵਾਮ ਸਾਡੀ ਜਿਹੜੀ ਆ ਉਹ ਫੋਟੋ ਬਣਾਉਣ 'ਚ ਮਸਰੂਫ ਹੈ, ਅਤੇ ਮਸੈਰ ਸਾਹਿਬ ਵਾਲਾ ਬਾਈ ਸਾਹਿਬ ਉੱਥੇ ਜਿਹੜਾ ਨਾ ਕਿਸ਼ਤੀ ਦੇ ਉੱਤੇ ਜਿਹੜਾ ਨਾ ਮੋਟਰਸਾਈਕਲ ਖੜ੍ਹੇ ਕਰ ਦਿੱਤੇ, ਵਾਹ ਬਾਈ ਵਾਹ ਕਿਆ ਬਾਤ, ਹੁਣ ਚੜ੍ਹਦੇ ਹਾਂ ਉੱਥੇ, ਚਲੋ ਭਾਈ ਚਲੋ ਫੋਟੋ ਬਾਈ ਬਾਅਦ 'ਚ ਵਾਪਸੀ 'ਤੇ, ਵਾਪਸੀ 'ਤੇ ਜਿੰਨੇ ਮਰਜ਼ੀ ਫੋਟੋ ਬਣਾ ਦੇਵੇ ਕੋਈ ਟੈਨਸ਼ਨ ਨਹੀਂ। ਬਿਸਮਿਲ੍ਲਾਹਿਰਰਹਿਮਾਨ ਚਲੋ ਜੀ ਹੁਣ ਚਲਦੇ ਹਾਂ ਭਾਈ ਸਾਹਿਬ, ਬਾਈ ਰਾਧੇ ਤਾਂ ਸਮਝ ਗਿਆ ਹੁਣ ਆਪੇ ਆਹ ਵੀ ਚਲਾ ਦੱਸਾਂ ਬਾਈ ਕਿਸ਼ਤੀ ਕਿਸ਼ਤੀ ਚੈੱਕ ਕਰ, ਮਾਸ਼ਾ ਅੱਲਾਹ ਵਾਹ ਜੀ ਵਾਹ ਕਿਆ ਬਾਤ ਹੈ, ਅਸਗਰ ਚੱਲ ਡਰਾਈਵਰੀ ਕਾ ਚੱਲ ਪਿੱਛੇ ਦੋ ਉਹ ਚੱਲ ਗਈ ਆਈ ਪਤਾ ਨੀ ਕੀ ਬਟਨ ਆਨ ਕਰ ਬਾਈ ਪੈ ਤੇ ਚਲੋ ਜੀ ਹਵਾ
ਬੇੜੀ ਭਾਈ ਸਾਹਿਬ ਤੁਹਾਨੂੰ ਸਿੱਧੀ ਕਰ ਦਿੱਤੀ ਹੈ। ਇਹ ਹੈ ਹੱਥ ਹੱਥ ਨਾਲ ਚਲਾਉਣ ਵਾਸਤੇ ਇਹ ਚੀਜ਼ ਹੈ। ਉਸ ਤੋਂ ਬਾਅਦ ਪੀਟਰ ਵੀ ਲਾਇਆ ਹੋਇਆ, ਪੀਟਰ ਨਾਲ ਭਾਈ ਸਾਹਿਬ ਜਾ ਰਿਹਾ, ਉਹ ਸਪੀਡ ਵੱਧਦੀ ਬਾਕੀ ਸਪੀਡ 120 ਦੀ ਸਪੀਡ 'ਤੇ ਜਾ ਰਿਹਾ। ਹਾਂ ਜਿਵੇਂ ਸਰ ਸਾਹਿਬ ਅਸਾਂ ਭਾਈ ਸਾਹਿਬ ਟਾਈਟੈਨਿਕ 'ਤੇ ਜਾ ਰਿਹਾ, ਚੈੱਕ ਕਰ ਤਕਰੀਬਨ ਦਾ ਟਾਈਟੈਨਿਕ ਮਾਸ਼ਾ ਅੱਲਾਹ। ਵੀਰ ਆਪਣਾ ਜਿਹੜਾ ਸਫ਼ਰ ਹੈ ਮਾਸ਼ਾ ਅੱਲਾਹ ਕੰਟੀਨਿਊ ਹੈ ਬੇੜੀ 'ਤੇ, ਮਾਸ਼ਾ ਅੱਲਾਹ ਕਿਆ ਇਹ ਬਾਤ ਹੈ। ਸਾਈਡ 'ਤੇ ਆਵਾਮ ਹੈ, ਉਹ ਇੰਤਜ਼ਾਰ ਕਰ ਰਹੀ। ਵੈਦਰ ਚੈੱਕ ਕਰ ਮਾਸ਼ਾ ਵੀਵਰ, ਅਲਹਮਦੁਲਿਲਾ ਅਸਾਂ ਦੂਸਰੀ ਸਾਈਡ 'ਤੇ ਆ ਗਏ ਅਤੇ ਮੋਟਰਸਾਈਕਲ ਜਿਹੜੇ ਉਹ ਆਪਣੇ ਹੁਣ ਕੱਢ ਰਿਹਾ ਕਿਸ਼ਤੀ ਦੇ ਵਿੱਚੋਂ। ਕਿਹੜੀ ਲੋੜ ਹੈ ਟੱਪਣਾ ਕਿਵੇਂ, ਸੀਜ਼ਨ ਨਹੀਂ ਹੈ, ਰਸ਼ ਘੱਟ ਹੈ, ਸੀਜ਼ਨ ਨਹੀਂ ਹੈ ਤੇ ਰਸ਼ ਜਿਹੜਾ ਉਹ ਘੱਟ ਹੈ। ਉਹ ਭਾਈ ਸਾਹਿਬ ਚੈੱਕ ਕਰੋ ਪਹਾੜ, ਬੰਦੇ ਜਾ ਰਹੇ ਨਾ ਜਾ ਰਹੇ, ਹੋਰ ਆਵਾਮ ਆ ਜਾ ਰਹੀ ਤੇ ਭਾਈ ਔਰ ਆਪਣੇ ਜਿਹੜੇ ਨੇ ਉਹ ਵਾਲਾਂ ਸ਼ਾਲਾਂ ਦੀ ਸੈਟਿੰਗ ਕਰ ਰਹੇ। ਭਾਈ ਸਾਹਿਬ ਬਾਰਿਸ਼ ਵੀ ਆ ਰਹੀ, ਤੇ ਉਹ ਸਾਹਮਣੇ ਜਿਹੜਾ ਨਾ ਇਹ ਕੇਬਲ ਕਾਰ ਹੈ ਲਿਫਟ ਦਿਨ, ਤੇ ਉਹ ਸਾਹਮਣੇ ਉੱਥੇ ਦਰਬਾਰ ਤੇ ਬੰਦੇ ਜਿਹੜੇ ਪੈਦਲ ਜਾ ਰਹੇ ਨੇ। ਇਹ ਮਾਸ਼ਾਅੱਲਾ ਬਾਜ਼ਾਰ ਹੈ ਪੀਰ ਦਿਖਾਰੇ ਦਾ, ਚੈੱਕ ਕਰ ਫੋਟੋਆਂ ਸ਼ੋਟਿੰਗ ਵਾਲਾ ਪ੍ਰੋਗਰਾਮ ਹੈ ਹੁਣ ਓਪਨ ਹੋ ਰਿਹਾ। ਅਸੀਂ ਵਿਹਲੇ ਨਾਲ ਪੜਾਏ ਹਾਂ, ਤਕਰੀਬਨ 11 ਦਾ ਟਾਈਮ ਪਾਇਆ, 11 ਦਾ ਟਾਈਮ ਹੋਇਆ ਅਸਾਂ ਜਿਹੜਾ ਨਾ ਹੁਣ ਪੜਾਏ ਹਾਂ। ਬੇਰ ਭਾਈ ਸਾਹਿਬ ਇੱਥੇ ਬਹੁਤ ਜ਼ਿਆਦਾ ਮਿਲਦੇ ਨੇ, ਮਸੈਰ ਭਾਈ ਮਸੈਰ ਆਦਾ ਹੀ ਬੇਰ ਖਾਣੇ, ਮੈਨੂੰ ਆਖ ਮੈਂ ਤਾਂ ਵਾਪਸ ਲੈ ਕੇ ਆਇਆ। ਇਹ ਭਾਈ ਸਾਹਿਬ ਬਾਜ਼ਾਰ ਮਾਸ਼ਾਅੱਲਾ ਚੈੱਕ ਕਰ, ਅਲਹਮਦੁਲਿਲਾ ਦਰਬਾਰ 'ਤੇ ਅਸਾਂ ਪਹੁੰਚਾਏ ਹਾਂ ਮਾਸ਼ਾਅੱਲਾ ਚੈੱਕ ਕਰ। ਇਹ ਥੱਲੇ ਦਰਬਾਰ ਹੈ ਅਤੇ ਉਸ ਤੋਂ ਬਾਅਦ ਉੱਤੇ ਜਿਹੜੇ ਬਾਬਿਆਂ ਨੇ ਚਿੱਲੀ ਜਗ੍ਹਾ ਹੈ ਉੱਥੇ ਵੀ ਸਾਂ ਪਹਿਲੇ ਦੇ ਸਲਾਮ ਕਰਨ ਸਾਹਿਬ ਨਾਲ ਨਾਲ ਬਾਰਿਸ਼ ਵੀ ਆ ਰਹੀ ਅਤੇ ਬਾਜ਼ਾਰ 'ਚ ਲੱਗ ਕੇ ਆਇਆ ਹੁਣ ਪਹਿਲੇ ਕਰਨੇ ਆ ਸਲਾਮ ਇੱਥੇ ਹੋਰ ਖੇਡੇ ਟੁਰਦਿਆਂ ਬਾਅਦ ਪਹਾੜੀ ਦੇ ਉੱਤੇ ਚੜਸਾਂ ਇਹਨਾਂ ਸਾਰਿਆਂ ਨੂੰ ਪਹਾੜੀ 'ਤੇ ਪੈਦਲ ਲੈ ਕੇ ਆਉਣਾ। ਤਿਆਰ ਹੋ ਭਾਈ ਸਾਹਿਬ ਜੀ? ਬਿਲਕੁਲ ਤਿਆਰ ਹੋ, ਗੋ ਰੈਡੀ। ਵੈਸੇ ਸੀਜ਼ਨ ਕੋਈ ਨਹੀਂ ਮਗਰ ਵੱਤ ਵੀ ਕਾਫੀ ਜ਼ਿਆਦਾ ਰਸ਼ ਹੈ, ਆਵਾਮ ਜਿਹੜੀ ਆ ਜਾ ਰਹੀ ਹੈ। ਸੁਬਾਹ ਦਾ ਟਾਈਮ ਹੋਇਆ ਤਾਂ ਘੰਟੇ ਡੇਢ ਤੱਕ ਜਾਣਾ, ਹੋਰ ਜ਼ਿਆਦਾ ਆਵਾਮ ਆ ਗਏ ਸੀ। ਮੇਰੇ ਸਾਰੇ ਭਾਈ ਆਪਣੇ ਫੋਟੋ ਸ਼ੋਟੋ ਬਣਾਉਣ 'ਚ ਮਸਰੂਫ ਹਨ, ਉਹਨਾਂ ਨਾਲ ਪਹਿਲਾ ਕੰਮ ਭਾਈ ਸਾਹਿਬ ਫੋਟੋਆਂ ਲਾਈਨ ਚਲਾਓ, ਤਵੀਜ਼ ਆਓ ਯਾ ਤਵੀਜ਼ ਵੀ ਲੈਣਾ, ਮਸੈਰ ਔਰ ਤੇ ਸਲਾਮ ਵਗੈਰਾ ਕਰਨਾ ਵੇ। ਹੁਣ ਚੱਲਦੇ ਹਾਂ ਅੱਗੋਂ। ਇਹ ਸ਼ਾਪਰ ਭਾਈ ਸਾਹਿਬ ਆਪਣੇ ਆਪਣੇ ਨਾਪੋ।
ਮਾਸ਼ਾਅੱਲਾ ਭਾਈ ਸਾਹਿਬ, ਵੈਦਰ ਬਹੁਤ ਬਿਹਤਰੀਨ ਹੋ ਗਿਆ। ਮਾਸ਼ਾਅੱਲਾ, ਕਿਆ ਬਾਤ ਹੈ। ਇਹ ਮਸਜਿਦ ਹੈ ਪਿੱਛੇ ਨਮਾਜ਼ ਵਗੈਰਾ ਪੜ੍ਹਨ ਵਾਸਤੇ, ਉਸ ਤੋਂ ਬਾਅਦ ਇਹ ਦਰਬਾਰ ਹੈ, ਅਤੇ ਸਲਾਮ ਵਗੈਰਾ ਕਰੀ ਦੋ, ਉਸ ਤੋਂ ਬਾਅਦ ਜਿਹਨਾਂ ਬੰਦਿਆਂ ਉੱਤੇ ਪਹਾੜੀ ਤੇ ਵਹਿਣਾ ਵਿੱਚ ਲੱਗਾ ਅਤੇ ਉਹ ਤੇ ਵਹਿਣ, ਅਤੇ ਫੋਟੋਗ੍ਰਾਫਰ ਸਾਡੇ ਸਾਰੇ ਆਏ ਹੋਏ ਨਾ। ਠੀਕ ਹੈ, ਫਿਰ ਸ਼ੇਅਰ ਕੇ ਫੋਟੋ ਬਣਾ। ਹੁਣ ਚੱਲਦੇ ਹਾਂ, ਸਲਾਮ ਵਗੈਰਾ ਅੰਦਰ ਚੱਲਦੇ ਹਾਂ, ਅਤੇ ਇਹ ਭਾਈ ਸਾਹਿਬ ਇਹ ਅੰਦਰ ਦਰਬਾਰ ਹੈ, ਇਸ ਤੋਂ ਬਾਅਦ ਇਹ ਭਾਈ ਸਾਹਿਬ ਸਾਰੀਆਂ ਜਿਹੜੀ ਇੱਥੇ ਹੈਨ ਸਾਈ ਦਾਤ ਵਗੈਰਾ ਉਹਨਾਂ ਦੀਆਂ ਹੈਨ ਕਬਰਾਂ, ਇਹ ਸਾਰੀਆਂ ਜਿਹੜੇ ਇੱਥੇ ਦਸਾਦਾਤ ਹੈ ਨਾ, ਉਹਨਾਂ ਦੀਆਂ ਜਿਹੜੀਆਂ ਕਬਰਾਂ ਮੁਬਾਰਕ ਹੈ। ਅਤੇ ਹੁਣ ਚੱਲਦੇ ਹਾਂ ਅੰਦਰ, ਸਲਾਮ ਵਗੈਰਾ ਕਰਦੇ ਹਾਂ। ਇਹ ਡੋਰ ਤੇ ਆ, ਫਿਰ ਦੂਸਰੀ ਸਾਈਡ 'ਤੇ ਲੈਣਾ ਪੈਣਾ। ਜੁੱਤੀਆਂ ਭਾਈ ਸਾਹਿਬ, ਜੁੱਤੇ ਵਗੈਰਾ ਇੱਥੇ ਲਾ ਦਿੰਦੇ ਹਾਂ। ਇੱਥੇ ਬਿਸਮਿਲ੍ਲਾਹ, ਬੱਦਲ ਵੀ ਭਾਈ ਸਾਹਿਬ ਬੜਾ ਆ ਗਿਆ ਦੂਸਰੀ ਸਾਈਡ 'ਤੇ। ਵੀ ਵਾਰ ਗੁੱਡੇ ਵਗੈਰਾ ਹਨ, ਬੰਦੇ ਇੱਥੋਂ ਗੁੱਡੇ ਵਗੈਰਾ ਲਾਏ ਬੰਦੇ ਨੂੰ ਔਲਾਦ ਵਾਸਤੇ ਦੁਆ ਵਗੈਰਾ ਮੰਗਦੇ ਨੇ, ਅਤੇ ਮਨ ਤਾਂ ਮੰਨਦੇ ਨੇ। ਵੀ ਵਾਰ ਇਹ ਭਾਈ ਸਾਹਿਬ ਲਿਖੋ ਹੈ ਸਾਰੀ ਡਿਟੇਲ ਵਗੈਰਾ, ਤੁਸੀਂ ਪੜ੍ਹ ਸਕਦੇ ਹੋ ਵੀਡੀਓ ਨੂੰ ਪੋਜ਼ ਕਰਕੇ। ਵੀਵਰ ਅਲਹਮਦੁਲਿਲਾ, ਸਲਾਮ ਵਗੈਰਾ ਅਸਾਂ ਕਰ ਲਿਆ, ਅਤੇ ਕਿਉਂਕਿ ਅੰਦਰ ਔਰਤਾਂ ਹਨ ਅਤੇ ਅਸਾਂ ਵੀਡੀਓ ਵਗੈਰਾ ਨਹੀਂ ਬਣਾਈ, ਅਤੇ ਅਸਾਂ ਸ਼ਹਿਰ ਨੇੜੇ ਅਤੇ ਅਸਾਂ ਨੇੜੇ ਅਸਾਂ ਗਿਆ ਹੋਇਆ ਸਲਾਮ ਕਰਨ। ਹੁਣ ਭਾਈ ਔਰੰਗ ਕਲਾਨਾ, ਭਾਈ ਵਿਕਾਸ, ਭਾਈ ਮੁਦਾਸਰ, ਭਾਈ ਅਸ ਕਰਨ, ਤੁਸ ਸਮਝ ਭਾਈ ਸਾਹਿਬ ਹੁਣ ਸਲਾਮ ਕਰ ਰਿਹਾ। ਵੀਵਰ ਇਸ ਸਾਈਡ ਤੋਂ ਬਦਲ ਸਾਰੇ ਆ ਰਹੇ ਭਾਈ ਸਾਹਿਬ, ਪਹਾੜ ਦੀ ਦੂਸਰੀ ਸਾਈਡ ਤੋਂ। ਵੀਵਰ ਕੁਛ ਆਪਣੇ ਦੋਸਤ ਜਿਹੜੇ ਆਪਣੇ ਕਜ਼ਨ, ਉਹ ਉਹਦੇ ਫਿਰਦੇ ਟੁਰਦੇ ਵੱਜਦੇ, ਅਸਗਰ ਸਾਹਿਬ ਸਲਾਮ ਕਰਕੇ ਆ ਗਏ। ਭਾਈ ਮੁਦਾਸਰ ਵੀ ਆ ਰਹੇ ਮਖਾਣੇ ਵਗੈਰਾ ਖਾ ਰਹੇ ਦਰਬਾਰ ਦੇ, ਅਤੇ ਬਦਲ ਭਾਈ ਸਾਹਿਬ ਬਹੁਤ ਜ਼ਿਆਦਾ ਆ ਰਿਹਾ, ਅਤੇ ਬਾਰਿਸ਼ ਜਿਹੜੀ ਨਾ ਉਹ ਤੇ ਪਿਓ ਥੋੜ੍ਹੀ ਜਿਹੀ, ਅੱਲਾ ਖੈਰ ਹੀ ਕਰੇ, ਜ਼ਿਆਦਾ ਬਾਰਿਸ਼ ਜ਼ਿਆਦਾ ਬਾਰਿਸ਼ ਆ ਗਈ, ਬੜਾ ਮਸਲਾ ਬਣ। ਹਾਂਜੀ ਭਾਈ ਜਾਨ, ਸਲਾਮ ਕਰ ਲੈਂਦੇ, ਹੁਣ ਚਲੀਏ ਰੋਟੀ ਵਗੈਰਾ ਖਾਂਦੇ ਹਾਂ। ਸਲਾਮ ਵਗੈਰਾ ਅਸਾਂ ਕਰ ਲਿਆ, ਅਤੇ ਬੱਚੇ ਸਾਡੇ ਕਮਲੇ ਸ਼ਮਲੇ ਚਵਲ ਹੋਏ ਵਾ, ਹੁਣ ਮੈਨੇ ਰੋਟੀ ਵਗੈਰਾ ਖਾਂਦੇ ਹਾਂ, ਰੋਟੀ ਸ਼ੋਟੀ ਖਾ ਕੇ ਅਤੇ ਬਾਅਦ ਜਿਹੜਾ ਪਹਾੜ ਜਿਹੜਾ ਚੜ੍ਹ ਸਾਂ ਇਨਸ਼ਾ ਅੱਲਾ। ਚਲੋ 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 ਮਕਾਓ।